ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਸ ਵਕਤ 12:30 ਵੱਜਦੇ ਨੇ ਆਪਣਾ ਐਡਮਿੰਟਨ ਐਂਡ ਅਤੇ ਅਕਸਮਾਤ ਇੱਕ ਕਾਲ ਆਈ ਹੈ। ਮੈਂ ਨੋਰਮਲੀ ਕਾਲਸ ਲੈਂਦਾ ਨਹੀਂ ਇਸ ਤਰ੍ਹਾਂ ਬਗੈਰ ਅਪੁਆਇੰਟਮੈਂਟ 'ਤੇ, ਲੇਕਿਨ ਪ੍ਰਿਤਪਾਲ ਸਿੰਘ ਕਾਲ ਕਰ ਰਹੇ ਹਾਂ ਪੰਜਾਬ ਤੋਂ, ਅਤੇ ਮੈਂ ਸੋਚਿਆ ਕਿ ਵੀ ਉਹਨਾਂ ਦੀ ਗੱਲ ਸੁਣ ਲਈਏ। ਪ੍ਰਿਤਪਾਲ ਸਿੰਘ ਜੀ, ਆਏ ਨੂੰ ਕਿੱਥੋਂ ਕਾਲ ਕਰ ਰਹੇ ਹੋ, ਦੱਸੋ ਕੀ ਹੈ ਸਮੱਸਿਆ? ਸਤਿ ਸ਼੍ਰੀ ਅਕਾਲ ਸਰ, ਥੈਂਕ ਯੂ ਤੁਸੀਂ ਮੇਰੀ ਕਾਲ ਅਕਸੈਪਟ ਕੀਤੀ। ਮੈਂ ਸਰ ਚੰਡੀਗੜ੍ਹ ਤੋਂ ਬੋਲ ਰਿਹਾ। ਮੇਰੀ ਕੁਐਰੀ ਜੋ ਹੈ ਉਹ ਰਿਲੇਟਡ ਹੈ ਵਿਦ ਦੀ ਲੇਟੈਸਟ ਚੇਂਜ ਇਨ CRS ਸਿਸਟਮ, ਜਿਹਦੇ ਵਿੱਚ ਕੈਨੇਡਾ ਗਵਰਨਮੈਂਟ ਨੇ ਫਰੈਂਚ ਸਪੀਕਿੰਗ ਪੀਪਲ ਦੇ ਲਈ 50 ਪੁਆਇੰਟਸ ਇੰਟਰੋਡਿਊਸ ਕੀਤੇ ਨੇ। ਅਰਲੀਅਰ ਦੇਰ ਵਾਸ 30 ਪੁਆਇੰਟਸ, ਨਾਓ ਦੇ ਹੈਵ ਇਨਕਰੀਜ਼ਡ ਟੂ 50। ਸੋ ਸਰ, ਆਈ ਐਮ 42 ਈਅਰਸ ਆਫ ਏਜ ਐਂਡ I am an express entry profile with CRS score of 385. So, okay. My query is, will going for French help me in getting PNP in Ontario or some other way? Sir ji, pehla te tusi French jande ho kuch ya sikhna hai, hun to sikhna shuru karoge, French jande ho pehla kuch? Nahi, main just beginner level te thoda bahut janda. I have to learn it for say at least 8 to 9 months. ਸਰ ਜੀ, ਗੱਲ ਤੁਹਾਡੀ ਸਾਫ਼। ਦੇਖੋ ਇਸ ਤਰ੍ਹਾਂ ਹੈ, ਜਿਹੜੇ ਵੱਧ ਤੋਂ ਵੱਧ ਪੁਆਇੰਟਸ ਲੈਣੇ ਆ ਨਾ ਇੰਗਲਿਸ਼ ਦੇ ਇਲਾਵਾ, ਠੀਕ ਹੈ, ਇੰਗਲਿਸ਼ ਦੇ ਇਲਾਵਾ ਤੁਹਾਨੂੰ 50 ਪੁਆਇੰਟਸ ਜੇ ਸਕੋਰ ਤੁਸੀਂ ਕਰ ਲਓਗੇ, ਜਿਹੜਾ CLB 7 NCLC 7 ਹੈ ਜਿਹੜੇ ਫ੍ਰੈਂਚ ਦਾ, ਤਾਂ ਤੁਸੀਂ 50 ਪੁਆਇੰਟਸ ਕਰਕੇ 385 ਪਲੱਸ 50 ਵਟ ਐਵਰ ਦੈਟ ਇਜ਼ 423, ਤਦ ਤੱਕ ਤੁਸੀਂ ਉਹ ਫਾਸਲਾ ਪੂਰਾ ਕਰ ਨਹੀਂ ਸਕਦੇ। ਮਤਲਬ ਇਟਸ ਗੋਇੰਗ ਟੂ ਵੈਰੀ ਡਿਫੀਕਲਟ ਟੂ ਗੋ ਆਲ ਦ ਵੇ ਟਿਲ 470 ਔਰ ਪਲੱਸ, ਸਮਝ ਰਹੇ ਹੋ? Yes, sir. So, main tode sir, haan ji, oh tode video dekh ke mainu, I am sure ki 470 da kade nahi ho sakda, but you, right. In your video you had touched one point that in Ontario there is one stream, French speaking skilled worker stream, and that's they had picked people at a score of 424 to 436 in the June month. So that's right. Main khol ke tanu dekh lena. Hold on, just a minute, khol ke dekh lena bhai, udhar ki show kar raha hai, kinna points kar rahe hai. I know I posted this yesterday, but let me just look at it, ki, you know, what is the minimum last time jitana draw dikhaya si. Screen te nazar aa rahe shayad? Yes. 424-436. Yes. So, dekh lo, tusi agar 424 tak kitna pahunch jaoge, 385 plus whatever that is, you know, looking at 40... ਯਾ ਹੋ ਸਕਦਾ ਕਿ ਟੱਚ ਕਰ ਜਾਓ 420 ਤੱਕ, 424 ਤੱਕ ਹੋ ਸਕਦਾ, ਵਿਚ ਆਈ ਡੋਂਟ ਨੋ, ਹੋਪਫੁਲੀ, ਪਰ ਜੇਕਰ ਹਿੰਮਤ ਕਰੋਗੇ, ਕੋਸ਼ਿਸ਼ ਕਰੋਗੇ ਤੇ ਸ਼ਾਇਦ ਗੱਲ ਬਣ ਸਕਦੀ ਹੈ। ਸਰ, ਬਿਕੋਜ਼ 50 ਪੁਆਇੰਟਸ ਦੇ ਨਾਲ ਨਾਲ 12 ਪੁਆਇੰਟਸ ਸੈਕੰਡ ਲੈਂਗੁਏਜ ਦੇ ਵੀ ਮਿਲਣੇ ਆ, ਸੋ ਇਟ ਵਿਲ ਬੀ 62, ਬੇਸਿਕਲੀ 62। ਇੰਗਲਿਸ਼ ਤੇ ਕਿੰਨੇ ਸਕੋਰ ਹੈ ਇੰਗਲਿਸ਼ ਦਾ? ਤੁਹਾਡਾ ਆਈ ਹੈਵ ਸਕੋਰਡ CLB 9 ਇਨ ਆਈਲਸ। ਕਿਆ ਬਾਤ ਹੈ ਭਾਈ, ਤਕੜਾ ਤੁਸੀਂ CLB ਲਾਏ ਤਾਂ ਆਪਾਂ ਹੁਣੇ ਹੀ ਤੁਹਾਡੇ ਪੁਆਇੰਟ ਦੇਖ ਲੈਂਦੇ ਹਾਂ, ਦੇਖੀ ਕਰਕੇ ਦੇਖ ਲਈਏ। ਬਿਲਕੁਲ ਸਰ, ਬਿਲਕੁਲ, ਮੈਂ ਤੁਹਾਡਾ ਕਈ ਜਣਾਂ ਤੋਂ ਗੱਲ ਕਰਨੀ ਚਾਹੁੰਦਾ ਸੀ, ਬਟ ਦਿਸ ਇਜ਼ ਕਿ ਅੱਜ ਮੌਕਾ ਮਿਲਿਆ। ਚਲ ਜੀ, ਥੈਂਕ ਯੂ ਵੈਰੀ ਮੱਚ, ਤੁਸੀਂ ਕਰ ਲਓ, ਮੈਂ ਤੇ ਤੁਹਾਡੇ ਤੇ ਦਿਲ ਆ ਗਿਆ ਐਕਚੁਅਲੀ, ਤੁਸੀਂ ਕਾਲ ਕੀਤਾ, ਤੁਸੀਂ ਇੰਨੇ ਜਿਹੜੇ ਸ਼ਰਧਾ ਨਾਲ ਕਾਲ ਕੀਤਾ, ਤੇ ਮੈਂ ਕਿਹਾ ਬੰਦੇ ਲੈ ਲਈਏ, ਕਿਉਂ ਅਦਰਵਾਈਜ਼ ਆਈ ਜਸਟ ਡੋਂਟ ਟੇਕ ਕਾਲਸ ਐਟ ਰੈਂਡਮ। ਪਰ ਆਹ ਦੇਖੋ ਕੁਐਸਚਨ ਨਜ਼ਰ ਆ ਰਹੇ ਤੁਹਾਨੂੰ ਸਾਹਮਣੇ, ਕੁਐਸਚਨ ਨਜ਼ਰ ਆ ਰਹੇ? ਦੇਖੀ ਜਾਓ ਸਕਰੀਨ ਤੇ, 42 ਗੱਲ ਉੱਥੇ ਪਹੁੰਚ ਗਈ, 42 ਦਾ। ਅੱਛਾ, ਐਜੂਕੇਸ਼ਨ ਕਿੰਨਾ ਆਇਆ, ਅਸੈਸਮੈਂਟ ਕਿੰਨਾ ਆਇਆ, ਦੇਖੋ ਸਕਰੀਨ ਤੇ। ਮਾਸਟਰਸ ਡਿਗਰੀ ਹੈ, ਆਈ ਐਮ ਮਾਸਟਰਸ ਇਨ ਇਕਨੋਮਿਕਸ। ਕਿਆ ਬਾਤ ਹੈ, ਇਕਨੋਮਿਕਸ। ਹੁਣ ਭਾਰਤ ਦੀ ਇਕਨੋਮੀ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਬਾਅਦ 'ਚ ਗੱਲ ਕਰਨੀ, ਇਸ ਕੋਈ ਨਹੀਂ ਬਾਅਦ 'ਚ। ਓਕੇ, ਸੋ ਆਈਲੈਟਸ ਵਿੱਚ ਸਕੋਰ ਦੱਸੋ ਪਹਿਲਾਂ, ਆਈਲੈਟਸ ਸਕੋਰ ਕਿੰਨਾ ਹੈ ਸਪੀਕਿੰਗ? ਸਪੀਕਿੰਗ ਇਜ਼ 7.5। ਕਿਆ ਬਾਤ ਹੈ, ਵਾਹ। ਲਿਸਨਿੰਗ? ਲਿਸਨਿੰਗ ਇਜ਼ 9। ਉਹ ਤਰੀਕਾ, ਬੜੇ ਤਗੜੇ ਤੁਸੀਂ ਅੰਗਰੇਜ਼ੀ ਦਾ ਕੁਛ ਕਾਈ, ਕਾਫੀ ਲੰਬੀ ਤਾਲੀਮ ਲੈ ਕੇ ਆਇਆ ਕੁਛ। ਹਾਂ, ਰੀਡਿੰਗ ਕਿੰਨੀ ਹੈ? ਰੀਡਿੰਗ ਸਰ, ਰੀਡਿੰਗ ਵਾਸ ਅਗੇਨ 9। ਓ ਮਾਈ ਗਾਡ, ਰਾਈਟਿੰਗ? ਰਾਈਟਿੰਗ ਇਜ਼ 7.0। ਓਕੇ, ਦੈਟਸ ਫਾਈਨ। ਸੋ ਹੁਣ ਆਪਾਂ ਰਿਜ਼ਿਊਮ ਕਰਦੇ ਹਾਂ ਕਿ ਫ੍ਰੈਂਚ ਦਾ ਤੁਸੀਂ ਟੈਸਟ ਲੈ ਲਿਆ, ਠੀਕ ਹੈ? ਯਾ, ਹੁਣ ਸਪੀਕਿੰਗ ਦਾ ਵਟ ਯੂ ਨੀਡ ਇਜ਼ ਕਲੋਜ਼ ਟੂ, ਲੈਟ ਮੀ ਜਸਟ ਕਨਫਰਮ ਹਾਊ ਮਚ ਯੂ ਸਕੋਰ ਇਨ
speaking, you need 310. For example, 310 speaking, that's what you need. Yeah, okay. ਤੁਸੀਂ ਇਹ ਚੇਤਾ ਕਰ ਲਓ, ਮੈਨੂੰ ਭੁੱਲ ਜਾਣਾ ਅਸੀਂ ਦੱਸ ਦਿਓ ਲਿਸਨਿੰਗ ਦਾ 249 ਯੂਰਸ ਐਂਡ 207 ਇਨ ਰੀਡਿੰਗ ਆਫ ਕੋਰਸ 207 ਰੀਡਿੰਗ ਆਲ ਰਾਈਟ ਐਂਡ ਰਾਈਟਿੰਗ ਵਾਟ ਵਾਟ ਆਰ ਯੂ ਲੁਕਿੰਗ ਐਟ ਇਨ ਰਾਈਟਿੰਗ 310 310 ਆਲ ਰਾਈਟ ਗੁੱਡ ਦੈਟਸ ਅ ਗੁੱਡ ਸਕੋਰ ਹੋ in the last 10 years what how much experience do you have kitne saal experience ho gaye more than 10 years experience ki job karte ho I am in government job okay as what I am in administration acha acha okay so brother sister koi hai nahi I don't think so no wife ki education kitni hai aayi koi education isi hai she has been awarded 2 graduate degrees less than master's degree okay good and though she had master's degree but the ECA has been given equal to 2 graduate degrees kedi university to kita inna ne degree Guru Nanak Dev University Amritsar te kithon karaya WS karaya yeah it was WES iQuest to kara ke dekh lo shayad farak ho jaye bacha just some suggestion iQuest shayad tonu de de bacha I don't know you have to check them out anyway score dasso IELTS da unna da she has not taken the test kinna score aayega 6 aa jayega hopefully yes 6 can be possible theek hai bhai dekhde hain ki gal bani 459 gal ban sakdi hai ji so 4459 jide idhar aa gaye tusi 424 ya you will taadi lottery nikal jayegi ontario so ontario is possible taade samne hi hai eh te apan dekh rahe hain ke depending on the score sare jide aa rahe hain apan already you know a score just remember these scores Yes, sir. ਉਹ ਮੇਰਾ ਦੋਸਤ ਹੀ ਹੈ ਅਨਿਲ ਖੇਤਰਪਾਲ ਮੇਰਾ ਦੋਸਤ ਹੈ ਬਹੁਤ ਹੀ ਬਚਪਨ ਦਾ ਦੋਸਤ ਹੈ ਉਹ ਰਹਿ ਰਿਹਾ ਨੋਇਡਾ ਮੈਨੂੰ ਪਤਾ ਵੀ ਨਹੀਂ ਸੀ ਐਕਚੁਲੀ ਕਿ ਉਹ ਬੈਲਜੀਅਮ ਰਹਿ ਕਰ ਆ ਗਿਆ ਅਤੇ ਬੈਲਜੀਅਮ ਰਿਹਾ ਉੱਥੇ ਫਿਰ ਆ ਕੇ ਇਹਨਾਂ ਨੇ ਡਿਗਰੀਆਂ ਵੀ ਕੀਤੀਆਂ ਅਤੇ ਕਈ ਹਜ਼ਾਰੋਂ ਸਟੂਡੈਂਟ ਉਹ ਲੰਘਾ ਚੁੱਕਿਆ ਐਕਚੁਲੀ ਟ੍ਰੇਨਿੰਗ ਕਰਕੇ ਮੇਰਾ ਜਿਨ੍ਹਾਂ ਨੇ ਟੈਸਟ ਦੇਣਾ ਹੁੰਦੇ ਟੀ ਐਫ ਦਾ ਸੋ ਆਈ ਥਿੰਕ ਹਾਂਜੀ ਮੈਂ ਉਹਨਾਂ ਨਾਲ ਕੰਟੈਕਟ ਕੀਤਾ ਅੱਜ ਮਾਰਨਿੰਗ ਦੇ ਵਿੱਚ ਕੀ ਕਹਿੰਦੇ ਹੋ ਉਹ ਤਾਂ ਕਹਿੰਦੇ ਵੀ ਠੀਕ ਹੈ ਵੀ ਕੈਨ ਸਟਾਰਟ ਫਰਮ ਟੁਮਾਰੋ ਇਟਸੈਲਫ ਅੱਛਾ ਅੱਛਾ ਚਲੋ ਬਟ ਮੈਨੂੰ ਇਸ ਕਿ ਬਿਫੋਰ ਟੇਕਿੰਗ ਫਾਈਨਲ ਡਿਸੀਜਨ ਆਈ ਮਸਟ ਟੇਕ ਯੂਅਰ ਐਕਸਪਰਟ ਐਡਵਾਈਸ ਕਿ ਵੈਦਰ ਪੁਟਿੰਗ ਇਨ 10 ਟੂ 12 ਮੰਥਸ ਹਾਰਡ ਵਰਕ ਵਿਲ ਐਕਚੁਅਲੀ ਪੇ ਔਰ ਨਾਟ ਸਰ ਜੀ ਪੇ ਕਰ ਜਾਏਗਾ ਦੇਖੋ ਮੇਰੀ ਗੱਲ ਸੁਣੋ ਦੇਖੋ ਹੁਣ ਅੱਜ ਪਾਲਿਸੀ ਤੁਹਾਡੇ ਸਾਹਮਣੇ ਹੈ ਕੱਲ ਨੂੰ ਪਾਲਿਸੀ ਕੀ ਹੋਏਗੀ ਆਈ ਕੈਨ ਨਾਟ ਪ੍ਰੈਡਿਕਟ ਮੇਰੇ ਕੋਲ ਕੋਈ ਜੋਤਿਸ਼ ਦੀ ਵਿਦਿਆ ਹੈ ਨਹੀਂ ਕਿ ਅਗਲੇ ਸਾਲ ਕੀ ਹੋਏਗਾ ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਫਰੈਂਚ ਕਰ ਲਓਗੇ ਤੇ ਐਕਸਪ੍ਰੈਸ ਐਂਟਰੀ ਦੇ ਪੁਆਇੰਟ ਤੁਹਾਨੂੰ ਮਿਲਣੇ ਹੀ ਮਿਲਣੇ ਆ ਫੋਰ ਸ਼ੋਰ ਓਨਟਾਰੀਓ ਦੀ ਪਾਲਿਸੀ ਚੇਂਜ ਨਾ ਹੋ ਜਾਏ ਵਿਚ ਆਈ ਕੈਨ ਨਾਟ ਪ੍ਰੈਡਿਕਟ ਲੇਕਿਨ ਅਗਰ ਜੇ ਬਾਈ ਚਾਂਸ ਅਗਰ ਜੇ ਅਗਰ ਚੇਂਜ ਹੋ ਵੀ ਗਈ ਅਗਰ ਤੁਸੀਂ ਐਕਸਪ੍ਰੈਸ ਐਂਟਰੀ ਤੇ ਆ ਵੀ ਗਏ ਚਲੋ ਨਾ ਵੀ ਆਏ ਮੈਂ ਨਾਟ ਥਰੂ ਐਗਜ਼ਾਮ ਨਾਟ ਸੇਇੰਗ ਕਿ ਯੂ ਨੋ ਆਈ ਥਿੰਕ ਐਕਸਪ੍ਰੈਸ ਐਂਟਰੀ ਇਜ਼ ਅ ਸਟੇਬਲ ਪ੍ਰੋਗਰਾਮ ਫਰੈਂਚ ਦਾ ਤੁਹਾਨੂੰ ਫਾਇਦਾ ਬਹੁਤ ਹੋਏਗਾ ਸਾਰੀ ਜ਼ਿੰਦਗੀ ਸਾਰੇ ਸਾਰਾ ਟਾਈਮ ਜਦ ਵੀ ਤੁਸੀਂ ਕੈਨੇਡਾ ਕੋਈ ਜੋਬ ਅਪਲਾਈ ਕਰੋਗੇ ਸਪੈਸ਼ਲੀ ਇਨ ਯੋਰ ਫੀਲਡ ਇਕਨੋਮਿਕਸ ਐਂਡ ਯੂ ਨੋ ਸਕਿਲਡ ਜੋਬ ਜਿਹੜੇ ਤੁਸੀਂ ਪੜ੍ਹੇ ਲਿਖੇ ਹੋ ਤੁਹਾਨੂੰ ਫਰੈਂਚ ਦਾ ਫਾਇਦਾ ਬਹੁਤ ਬਹੁਤ ਹੋਣਾ ਹੈ ਤੁਸੀਂ ਮੇਰੀ ਗੱਲ ਨੂੰ ਯਾਦ ਰੱਖੋਗੇ ਮੈਂ ਤਾਂ ਐਕਚੁਅਲੀ ਚਲੋ ਮੈਂ ਇੱਥੇ ਰਾਜ ਖੋਲਣਾ ਨਹੀਂ ਚਾਹੁੰਦਾ ਇੱਥੇ ਕਿ ਮੇਰੇ ਜਿਹੜੇ ਮੈਂ ਜਿੰਨੇ ਵੀ ਲੋਕ ਮੈਨੂੰ ਮਿਲਦੇ ਹੈ ਕੈਨੇਡਾ ਜਿਹੜੇ ਸਟੂਡੈਂਟ ਵਗੈਰਾ ਜਿਹੜੇ ਪੰਜਾਬ ਤੋਂ ਆਏ ਹੋਏ ਹੈ ਮੈਂ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਉਹ ਕਰਨਾ ਕੁਛ ਕਰੋ ਜਾਂ ਨਾ ਕਰੋ ਫਰੈਂਚ ਸਿੱਖ ਲਓ ਚੁੱਪ ਕਰਕੇ ਕੋਈ ਕਹਿੰਦਾ ਜੀ ਮੈਂ ਟਰੱਕ ਚਲਾਉਣਾ ਹੈ ਕੋਈ ਕਹਿੰਦਾ ਜੀ ਮੈਂ ਕਾਰਪੈਂਟਰੀ ਕਰਨੀ ਕੋਈ ਜਿਹੜੀ ਘਰ ਬਣਾਉਣਾ ਹੈ ਕੁਛ ਕਰਨਾ ਜੀ ਪੀ ਆਰ ਕਿੱਦਾਂ ਲੱਗੇਗੀ ਮੈਂ ਕਿਹਾ ਤੁਸੀਂ ਸਾਰਾ ਇਸ ਕਰੋ ਨਾ ਕਰੋ ਫਰੈਂਚ ਵੱਲ ਜ਼ਰੂਰ ਤਵੱਜੋ ਦਿਓ ਥੋੜ੍ਹਾ ਜਿਹਾ
ਬਾਕੀ ਪਰ ਲੋਕੀ ਸੋਚਦੇ ਆ ਕਿ ਔਖੀ ਔਖਾ ਕੰਮ ਹੈ ਜੀ, ਕਿੱਦਾਂ ਕਰੀਏ ਕੀ ਕਰੀਏ। ਮੈਂ ਕਿਹਾ ਵੀ ਜੇ ਕੈਨੇਡਾ ਦਾ ਲੈਣਾ ਹੈ, ਅਗਰ ਅਗਰ ਕੈਨੇਡਾ ਨੂੰ ਜਿੱਤ ਜਿੱਤ ਹਾਸਲ ਕਰਨੀ ਹੈ ਤੇ ਵੀ ਇੱਥੇ ਕਰਨਾ ਹੀ ਪੈਣਾ ਤੁਹਾਨੂੰ, ਨਹੀਂ ਹੈ ਤੇ ਫਿਰ ਨਹੀਂ ਹੈ ਤੇ ਚੁੱਪ ਕਰਕੇ ਫਿਰ ਜਲੰਧਰ ਦੀ ਫਲਾਈਟ ਵਾਪਸ ਲੈ ਲਓ। ਤੁਸੀਂ ਇੱਕ ਕੱਲ ਜਿਹੜਾ ਪਹਿਲਾ ਤੁਹਾਡਾ ਵੀਡੀਓ ਆਇਆ ਤੁਸੀਂ ਬਹੁਤ ਵਧੀਆ ਦੱਸਿਆ ਕਿ ਦੈਟ ਇਫ ਯੂ ਆਰ ਵਿਲਿੰਗ ਟੂ ਟੇਕ ਗਵਰਨਮੈਂਟ ਜੌਬ ਇਨ ਕੈਨੇਡਾ ਦੈਨ ਫ੍ਰੈਂਚ ਇਜ਼ ਦੀ ਬੈਸਟ ਵੇ। ਐਬਸੋਲੂਟਲੀ ਸਰ ਜੀ, ਐਬਸੋਲੂਟਲੀ, ਤੁਸੀਂ ਬਸ ਹੁਣ ਗੱਲ ਸਿਰੇ ਤੋਂ ਮੁਕਾਤੀ ਐਕਚੁਲੀ, ਕਿਉਂਕਿ ਜਿਹੜੇ ਸਰਕਾਰੀ ਜੌਬਸ ਨੇ, ਸਰਕਾਰੀ ਜਿਹੜੀ ਫੈਡਰਲ ਜਿਹੜੀ ਉੱਪਰ ਦੀ ਜਿਹੜੀ ਟੌਪ ਲੈਵਲ ਚੋਟੀ ਦੀ ਜਿਹੜੇ ਜੌਬਸ ਨੇ, ਛੋਟੀ ਮੋਟੀ ਜੌਬ ਕਰਨੀ ਹੈ ਭਾਵੇਂ, ਮਤਲਬ ਅਗਰ ਜੇ ਕੋਈ ਬਰਗਰ ਵੇਚਣੇ ਆ ਮੈਕਡੋਨਲਡ 'ਚ, ਕੋਈ ਝਾੜੂ ਪੋਚਾ ਲਗਾਉਣਾ, ਕੋਈ ਭਾਂਡੇ ਸਾਫ਼ ਕਰਨੇ ਆ, ਉਹ ਠੀਕ ਹੈ, ਉਹ 'ਤੇ ਵਿੱਚ ਕੋਈ ਫਰੈਂਚ ਫੁਰਚ ਦੀ ਕੋਈ ਗੱਲ ਨਹੀਂ, ਉਹ ਕਹਿੰਦੇ ਕਰਦੇ ਰਹੋ ਤੁਸੀਂ, ਤੰਦੂਰ 'ਤੇ ਰੋਟੀਆਂ ਲਾਉਂਦੇ ਰਹੋ, ਇਟਸ ਨਾਟ ਦ ਸਕਿੱਲ। ਪਰ ਹਾਂ, ਅਗਰ ਜੇ ਤੁਸੀਂ ਸਰਕਾਰੀ ਜੌਬ ਮਤਲਬ ਕਿ ਜਿਹੜੀ ਸੈਂਟਰਲ ਗਵਰਨਮੈਂਟ ਤੁਹਾਡੀ ਐਡਮਿਨਿਸਟ੍ਰੇਟਿਵ ਜੌਬਾਂ ਨੇ, ਉੱਥੇ 'ਤੇ ਬਾਇਲਿੰਗੁਅਲ ਹੋਣਾ ਬਹੁਤ ਹੀ ਲਾਜ਼ਮੀ ਹੈ। ਕੁਛ ਜੌਬਾਂ ਹੈ ਜਿੱਥੇ ਮਤਲਬ ਉਹ ਤੁਹਾਨੂੰ, ਮਤਲਬ ਅਗਰ ਜੇ ਫਰੈਂਚ ਕਹਿੰਦੇ ਹੋ ਤੁਹਾਨੂੰ ਤੁਹਾਨੂੰ ਖਿੱਚ ਕੇ ਤੁਹਾਨੂੰ ਰਿਕੁਐਸਟੇਸ਼ਨ ਕਰ ਦੇਣਗੇ, ਬੁਲਾਓ ਇਹਨਾਂ ਨੂੰ, ਬੁਲਾਓ ਪਹਿਲਾਂ ਤਾਂ ਫਰੈਂਚ, ਅਤੇ ਉਹ ਵੀ ਦੂਸਰਾ ਇਮੀਗ੍ਰੈਂਟ ਜਿਹੜਾ ਬਾਹਰੋਂ ਫਰੈਂਚ ਕਰਕੇ ਆਇਆ ਉਹ ਤਾਂ ਬਹੁਤ ਖੁਸ਼ ਹੁੰਦੇ ਆ। ਸੋ ਆਈ ਥਿੰਕ ਆਈ ਹਾਈਲੀ ਇਨਕਰੇਜ ਕਿ ਤੁਸੀਂ ਫਰੈਂਚ ਆਪਣਾ ਤਾਲੀਮ ਸ਼ੁਰੂ ਕਰੋ, ਭਾਵੇਂ ਆਪ ਔਨਲਾਈਨ ਪੜ੍ਹੋ, ਚਾਹੇ ਟਵਿੱਟਰ ਤੋਂ ਪੜ੍ਹੋ, ਚਾਹੇ ਅਲਾਇੰਸ ਫਰਾਂਸੇ, ਤੁਹਾਡੇ ਜਿਹੜੇ ਚੰਡੀਗੜ੍ਹ ਵੀ ਹੈ ਸ਼ਾਇਦ ਕੁਝ ਸੈਂਟਰ ਉਂਟਰ ਬਣਿਆ ਸ਼ਾਇਦ। There is the institute, but their programs are very long. They actually take more than 2 years actually to complete that level. ਲੰਬਾ ਖਿੱਚਦੇ ਆ, ਮਤਲਬ ਛੇ ਲਾਂਦੇ ਲੰਬੀ, 2 ਸਾਲ ਦੀ ਪੂਰੀ। ਹਾਂ, 2 ਸਾਲ, it's really long time. Achha. That cannot be done. That is practically not possible. Thank you very much, Prithpal Singh. You are the right candidate. You have, I am very happy with you that you have such a high exemplary score in IELTS. I am pretty proud of your achievement on IELTS. ਤੁਸੀਂ ਇੰਨੀ ਸ਼ਰਧਾ ਨਾਲ ਕਾਲ ਕੀਤੀ ਹੈ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਅਤੇ ਜ਼ਰੂਰ ਮੇਰੀ ਬਲੈਸਿੰਗ ਹੈ, ਤੁਸੀਂ ਜ਼ਰੂਰ ਆਪਣਾ ਫਰੈਂਚ ਕਰੋ ਅਤੇ ਹਾਂਜੀ ਤੁਹਾਡਾ ਵੀਡੀਓ ਦੇਖਿਆ ਸੀ ਪਿੱਛੇ ਜੇ, ਦੇਰ ਵਾਜ਼ ਵਨ ਲਾਇਰ ਫਰੋਮ ਦਿੱਲੀ, ਦੇਰ ਵਾਜ਼ ਅ ਵਿਮਨ ਲਾਇਰ ਫਰੋਮ ਦਿੱਲੀ ਹੂ ਵਾਜ਼ ਇੰਟਰੈਕਟਿੰਗ ਵਿਦ ਯੂ, ਸੋ ਉਹ ਵੀ ਮੈਂ ਬੜਾ ਧਿਆਨ ਨਾਲ, ਬਿਕੋਜ਼ ਆਈ ਐਮ ਆਲਸੋ ਅ ਲਾਅ ਗ੍ਰੈਜੂਏਟ, ਮੇਰਾ ਆਈ ਹੈਵ ਗੁੱਡ ਇੰਟਰਸਟ ਇਨ the policies which Canada is following in the field of immigration or others. Oh, kya baat, ek interest mera badhya hoya tade, main jehde videos ne main continuously dekhda rehna. Thank you very much Prithpal, thank you very much, te Prithpal mainu deo ijazat, te meri blessing tade naal hai, tade parivar naal hai, te unna da mustaqbil bahut hi bright hai, in future badi tarakkiyan karoge tusi, law tusi padhi hui hai, kal nu aake ਤੁਸੀਂ ਵੀ ਇੱਥੇ ਆਪਣੇ ਜਿਹੜੇ ਰੈਸਟ ਆਫ ਦਾ ਕੋਰਸ ਕਰਕੇ, ਤੁਸੀਂ ਫਿਊਚਰ ਤੁਹਾਡਾ ਬ੍ਰਾਈਟ ਹੈ, ਤੁਸੀਂ ਆਪਣੀ ਫਰੈਂਚ ਦੀ ਤਿਆਰੀ ਤੇ ਲੱਗ ਜਾਓ ਬਸ ਚੁੱਪ ਕਰਕੇ। ਥੈਂਕ ਯੂ ਵੈਰੀ ਮਚ ਸਰ, ਐਂਡ ਆਈ ਐਮ ਓਬਲਾਈਜ਼ਡ ਵਿਦ ਯੂਰ, ਥੈਂਕ ਯੂ ਵਿਦ ਸਪੇਰਿੰਗ ਟਾਈਮ ਸਰ, ਥੈਂਕ ਯੂ ਵੈਰੀ ਮਚ, ਥੈਂਕ ਯੂ, ਬਾਏ, ਥੈਂਕ ਯੂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।